ਪਾਏ ਦੇ ਚ ਸੀਟ ਕਵਰ ਪਾਣ ਲੱਗੇ ਆ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਐਕਸਟਰਾ ਮੈਮਰੀ ਫੋਮ ਕੁਸ਼ਨ ਦੇ ਨਾਲ ਆਟੋ ਫੋਮ ਦਾ ਸੀਟ ਕਵਰ ਆ ਠੀਕ ਹੈ ਤੇ ਨਾਲੇ ਤੁਸੀਂ ਦੇਖੋ ਜਿਹੜਾ 올ਡ ਫੋਰਚੂਨਰ ਫੋਰਚੂਨਰ ਚ ਟੌਪ ਮਾਡਲ ਨੂੰ ਆਂਦਾ ਆ ਸੀਟ ਕਵਰ ਦੀ ਡਿਜ਼ਾਈਨਿੰਗ ਚੈੱਕ ਕਰੋ ਹੁਣ ਦੇਖੋ ਇਹਦੇ ਚ ਡੈਂਪਿੰਗ ਕਰਨ ਦੇ ਫਾਇਦੇ ਕੀ ਹੁੰਦੇ ਆ ਨੋਇਸ ਕੈਂਸਲੇਸ਼ਨ ਹੁੰਦੀ ਹੈ ਸਪੀਕਰਸ ਦੀ ਕੁਆਲਿਟੀਜ਼ ਵਧੀ ਹੈ ਕੱਲ ਨੂੰ ਕੋਈ ਵੀ ਚੀਜ਼ ਖੱਡੇ ਵਗੈਰਾ ਤੇ ਆਪਣੇ ਇੰਡੀਆ ਦੀ ਸੜਕਾਂ ਬਹੁਤ ਵਧੀ ਹੈ ਕੋਈ ਵੀ ਚੀਜ਼ ਆ ਖੱਡੇ ਵਗੈਰਾ ਤੇ ਵੀ ਆਂਦੀ ਇੱਕ ਅੱਧਾ ਖੱਡਾ ਆ ਵੀ ਜਾਂਦਾ ਤੇ ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਵਾਈਬ੍ਰੇਟ ਵੀ ਨਹੀਂ ਹੁੰਦੀ ਨਾ ਗਾੜੀ ਦਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਚ ਆਪਾਂ ਆਟੋ ਫੋਮ ਦੀ ਐਲਈਡੀ ਪਾਈ ਹੈ 170 ਵਾਟ ਹਾਈ ਬੀਮ ਦੀ 170 ਵਾਟ ਲੋ ਬੀਮ ਠੀਕ ਹੈ ਹੁਣ ਤੁਸੀਂ ਇਹ ਚੀਜ਼ ਨੋਟ ਕਰੋ ਪ੍ਰੋਜੈਕਟਰ ਦੀ ਫਿਟਿੰਗ ਚੈੱਕ ਕਰੋ ਤੁਹਾਨੂੰ ਇਦਾਂ ਨਹੀਂ ਲੱਗੇਗਾ ਵੀ ਤੁਸੀਂ ਮਾਰਕੀਟ 'ਚੋਂ ਕੰਮ ਕਰਾਇਆ ਕਿ ਮਤਲਬ ਲਾਈਕ ਕੰਪਨੀ 'ਚੋਂ ਆਇਆ ਓਰੀਜਨਲੀ ਫਿਟਿੰਗ ਕੀਤੀ ਹੈ ਪ੍ਰੋਜੈਕਟਰ ਦੀ ਤਾਂ ਸੋਨੀ ਇਸ ਟਾਈਮ ਬਹੁਤ ਵਧੀਆ ਤਰੀਕੇ ਨਾਲ ਬਹੁਤ ਸਹੀ ਜਾ ਰਿਹਾ ਬਿਲਕੁਲ ਸੋਨੀ ਦੇ ਵਿੱਚ ਆਪਾਂ ਈਏ ਸੀਰੀਜ਼ ਕਰ ਲਗੇ ਆ ਫਰੰਟ ਸੈਟ ਦੇ ਕੰਪੋਨੈਂਟਸ ਦੇ ਪਿੱਛੇ ਕੋਐਕਸੀਅਲ ਜਿਹੜਾ ਐਕਚੁਅਲੀ 700 ਦੇ ਟੌਪ ਐਂਡ ਮਾਡਲ ਨੂੰ ਸੋਨੀ ਦਾ ਸਿਸਟਮ ਲੱਗਾ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਤੇ ਕ੍ਰੋਸਓਵਰ ਦੇਖਣ ਨੂੰ ਬਹੁਤ ਸੋਹਣੇ ਆ ਤੇ ਦੀ ਕੁਆਲਿਟੀ ਨੋ ਡਾਊਟ ਬਹੁਤ ਬਹੁਤ ਕਮਾਲ ਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਐਂਬੀਐਂਟ ਲਾਈਟਾਂ ਫਿਟ ਕਰ ਰਹੇ ਹਾਂ ਠੀਕ ਹੈ ਜੀ ਐਂਬੀਐਂਟ ਲਾਈਟ ਵੀ 5K ਹੈ ਓਕੇ ਇਹ ਓਰੀਜਨਲੀ ਹੈ ਕੋਈ ਕਾਰਡੀ ਵਗੈਰਾ ਆਪਾਂ ਯੂਜ਼ ਨਹੀਂ ਕਰਦੇ ਇਹ ਓਰੀਜਨਲੀ ਆਪਾਂ ਮੱਕ ਦੀ ਮੰਗਾਉਂਦੇ ਆ ਓਰੀਜਨਲੀ ਸਕੈਨਰ ਆ ਤੇ ਇਹ ਮੇਡ ਇਨ ਤਾਇਵਾਨ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੀ ਹੈ ਸਕੈਨਰ ਹੋਇਆ ਪਹਿਲਾਂ ਤੇ ਓਰੀਜਨਲੀ ਲਾਈਟਸ ਚੱਲ ਪੀਆਂ ਵਾਟਸ ਅਪ ਗਾਈਸ ਜੀ ਕਿਦਾਂ ਸਾਰੇ ਹੋਪ ਕਰਤਾ ਜੀ ਸਭੀ ਲੋਕ ਬਹੁਤ ਵਧੀਆ ਹੋਗੇ ਥੈਂਕ ਯੂ ਸੋ ਮਚ ਸਭ ਕਾ ਲਵਲੀ ਰਿਸਪੌਂਸ ਕੀ ਵੀਡੀਓ ਤੇ ਅੱਜ ਦੀ ਵੀਡੀਓ ਜੀ ਅਰਟਿਕਾ ਕਿਉਂ ਪਰੋਨੇ ਵਾਲੀ ਅਰਟਿਕਾ ਆਈ ਹੋਈ ਹੈ ਸਪੈਸ਼ਲੀ ਕਾਫੀ ਦੂਰ ਸੇ ਆਈ ਹੈ ਬਹੁਤ ਵਧੀਆ ਮੋਡੀਫਾਈ ਹੋਣੇ ਕੇ ਲਈ ਆਈ ਹੈ ਬਾਕੀ ਡਿਟੇਲ ਸਾਹਿਬ ਵੀ ਦੇਣਗੇ ਵੀ ਅੱਜ ਕੀ ਕਰਨ ਲੱਗੇ ਫਿਰ ਕੀ ਹਾਲ ਹੈ ਜੀ ਸਾਰਿਆਂ ਦਾ ਆਪਾਂ ਅੱਜ ਆਰਟਿਕਾ ਤਿਆਰ ਕਰਦੇ ਪਏ ਆ ਆਰਟਿਕਾ ਨੂੰ ਆਪਾਂ ਇੱਕ ਜਿੱਦਾਂ ਪਹਿਲੇ ਥਾਰ ਅਸੀਂ ਵਾਈਟ ਕਲਰ ਦੀ ਵੀ ਵੀਡੀਓ ਪਾਉਣ ਲੱਗੇ ਆ ਉਹ ਆਪਾਂ ਲਿਮਿਟਡ ਐਡੀਸ਼ਨ ਤਿਆਰ ਕੀਤੀ ਸੀ ਇਹ ਵੀ ਆਪਾਂ ਪ੍ਰੋਪਰਲੀ ਟਰਾਈ ਕਰਦੇ ਆ ਵੀ ਇੱਕ ਲਿਮਿਟਡ ਐਡੀਸ਼ਨ ਤਿਆਰ ਹੋਵੇ ਮਤਲਬ ਇੱਕ ਚੀਜ਼ ਆਪਾਂ ਇਦਾਂ ਤਿਆਰ ਕਰਦੇ ਵੀ ਆ ਕਿ ਕਸਟਮਰ ਦੇਖ ਕੇ ਹੀ ਕਹੇ ਵਾਕਈ ਮਜ਼ਾ ਆ ਗਿਆ ਹੁਣ ਇਹਦੇ ਚ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਚ ਫਰੰਟ ਐਲਈਡੀਸ ਕਨਵਰਟ ਕੀਤੀਆਂ ਇਹ ਚ ਟੇਲ ਲਾਈਟਾਂ ਕਨਵਰਟ ਕੀਤੀਆਂ ਜਿਹੜਾ ਅੰਦਰ ਦਾ ਇੰਟੀਰੀਅਰ ਉਹ ਜਿਹੜਾ ਰੂਫ ਆ BMW ਦਾ ਲਾਇਆ ਮਤਲਬ ਸਾਰਾ ਕੁਝ ਚੇਂਜ ਕੀਤਾ ਹੈ ਟੌਪ ਐਂਡ ਹੈ ਨਾ ਇਹ ਹੈ ਟੌਪ ਐਂਡ ਹੈ ਟੌਪ ਐਂਡ ਨੂੰ ਆਪਾਂ ਇੱਕ ਪਲੱਸ ਜਿਹਨੂੰ ਆਪਾਂ ਕਹਿੰਦੇ ਇੱਕ ਆਰਟਿਕਾ ਪਲੱਸ ਮਾਡਲ ਤਿਆਰ ਕਰ ਰਹੇ ਹਾਂ ਅੱਗੇ ਬੇਸ ਮਾਡਲ ਤਿਆਰ ਕਰਤੇ ਹਾਂ ਜੀ ਟੌਪ ਐਂਡ ਕੋ ਹਾਈ ਐਂਡ ਬਣਾਉਣ ਲੱਗੇ ਹਾਂ ਬਹੁਤ ਵਧੀਆ ਇਹਦੇ ਚ ਮੈਂ ਤੁਹਾਨੂੰ ਦੱਸੀ ਜਾਊਂਗਾ ਨਾਲ ਨਾਲ ਆਪਾਂ ਕੀ ਲਾ ਰਹੇ ਹਾਂ ਤੇ ਕੀ ਨਹੀਂ ਇਹਦੇ ਚ ਚੀਜ਼ਾਂ ਬੈਨੀਫਿਟ ਹੈ ਇਹਦੇ ਚ ਕੀ ਨਹੀਂ ਚੀਜ਼ਾਂ ਲਵਾਉਣੀਆਂ ਚਾਹੀਦੀਆਂ ਸਾਡਾ ਮਕਸਦ ਇਹੀ ਹੁੰਦਾ ਵੀ ਕਸਟਮਰ ਦੇ ਫਾਲਤੂ ਪੈਸੇ ਨਾ ਲੱਗੇ ਜਾਣ ਸਹੀ ਗੱਲ ਹੈ ਜੇ ਕਸਟਮਰ ਨੇ ਪੈਸੇ ਖਰਚਣੇ ਆ ਸਹੀ ਤਰੀਕੇ ਨਾਲ ਲੱਗੇ ਜਾਣ ਤੇ ਕਿਸ ਹਿਸਾਬ ਨਾਲ ਕੰਮ ਕਰਨਾ ਸਾਡੇ ਤੇ ਡਿਪੈਂਡ ਹੁੰਦਾ ਕਸਟਮਰ ਵਿਚਾਰੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਇਸ ਕਰਕੇ ਸਾਰੀ ਚੀਜ਼ਾਂ ਮੈਂ ਸ਼ੋਅ ਕਰਾਂਗਾ ਮੈਂ ਕੀ ਕੁਝ ਕਰਦਾ ਫਿਲਹਾਲ ਕੇ ਲਈ ਵੀਡੀਓ ਕੋ ਸ਼ੁਰੂ ਕਰਦੇ ਜਿਹੜੇ ਜਿਹੜੇ ਚੈਨਲ ਨਵੇਂ ਇੱਕ ਲਾਈਕ ਤੇ ਸਬਸਕ੍ਰਾਈਬ ਕਰੋ ਸ਼ੁਰੂ ਕਰਕੇ ਡਿਟੇਲ ਇੱਕ ਸਬਸਕ੍ਰਾਈਬ ਕਰ ਦਿੰਦੇ ਹਾਂ ਸਭ ਤੋਂ ਪਹਿਲੇ ਜੀ ਆਪਕੋ ਮਿਊਜ਼ਿਕ ਸਿਸਟਮ ਦਿਖਾ ਲਗਾ ਜਿਹੜਾ ਗਾੜੀ ਮੇ ਲੱਗਣੇ ਵਾਲਾ ਮਿਊਜ਼ਿਕ ਸਿਸਟਮ ਦੇ ਵਿੱਚ ਆਪਾਂ ਜਿਹਦਾ ਸੋਨੀ ਇਸ ਟਾਈਮ ਬਹੁਤ ਵਧੀਆ ਤਰੀਕੇ ਨਾਲ ਬਹੁਤ ਸਹੀ ਜਾ ਰਿਹਾ ਬਿਲਕੁਲ ਸੋਨੀ ਦੇ ਵਿੱਚ ਆਪਾਂ ਈਏ ਸੀਰੀਜ਼ ਕਰ ਲਗੇ ਆ ਫਰੰਟ ਸੈਟ ਦੇ ਕੰਪੋਨੈਂਟਸ ਦੇ ਪਿੱਛੇ ਕੋਐਕਸੀਅਲ ਜਿਹੜਾ ਐਕਚੁਅਲੀ 700 ਦੇ ਟੌਪ ਐਂਡ ਮਾਡਲ ਨੂੰ ਸੋਨੀ ਦਾ ਸਿਸਟਮ ਲੱਗਾ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਤੇ ਕ੍ਰੋਸਓਵਰ ਦੇਖਣ ਨੂੰ ਬਹੁਤ ਸੋਹਣੇ ਆ ਤੇ ਇਹਦੀ ਕੁਆਲਿਟੀ ਨੋ ਡਾਊਟ ਬਹੁਤ ਬਹੁਤ ਕਮਾਲ ਦੀ ਹੈ ਬਿਲਕੁਲ ਜੀ ਹੁਣ ਤੁਸੀਂ ਫਰਕ ਦੇਖੋ ਜੀ ਜਦ ਮੈਂ ਹਮੇਸ਼ਾ ਵੀਡੀਓ ਸੁਣਨਾ ਓਰੀਜਨਲ ਪੇਪਰ ਕੋਨ ਹੈ ਇਹ ਪਲਾਸਟਿਕ ਕੋਨ ਨਹੀਂ ਹੈਗੇ ਠੀਕ ਹੈ ਜੀ ਪੇਪਰ ਕੋਨ ਦੀ ਕੁਆਲਿਟੀ ਤੁਸੀਂ ਨੋ ਡਾਊਟ ਤੁਸੀਂ ਜਿਹੜਾ ਮਰਜ਼ੀ ਬ੍ਰਾਂਡ ਦੇਖ ਲਓ ਬੋਸ ਦੇਖ ਲਓ ਜਿਹੜਾ ਮਰਜ਼ੀ ਬ੍ਰਾਂਡ ਦੇਖ ਲਓ ਕੰਪਨੀ ਦੇ ਟੌਪ ਮਾਡਲਸ ਨੇ ਜਿਹੜੇ ਸਪੀਕਰਸ ਵੀ ਲੱਗੇ ਆਣਗੇ ਉਹ ਪੇਪਰ ਕੋਨ ਹੀ ਹੋਣਗੇ ਰਾਈਟ ਤੁਸੀਂ ਇਹਦੇ ਟਵਿੱਟਰ 'ਚ ਵੀ ਦੇਖ ਸਕਦੇ ਹੋ ਉਹ ਵੀ ਓਰੀਜਨਲੀ ਪੇਪਰ ਕੋਨ ਹੈ ਆ ਦੇਖੋ ਜੀ ਕਿਸ ਤਰ੍ਹਾਂ ਦਾ ਟਵਿੱਟਰ ਆਇਆ ਬਈ ਡੈਪਿੰਗ ਵੀ ਕਰ ਰਹੇ ਨੇ ਸਾਥ ਨਾਲ ਡੈਪਿੰਗ ਵੀ ਕਰ ਰਹੇ ਆ ਉਹ ਇਹ ਤਾਂ ਬਸ ਸੀਟ ਕਵਰ ਵੀ ਆਟੋ ਫੋਮ ਦੇ ਪਾ ਰਹੇ ਆ ਇਵਨ 90 ਮੈਟਸ ਵੀ ਆਟੋ ਫੋਮ ਦੇ ਪਾ ਰਹੇ ਆ ਰੂਫ ਵੀ ਆਟੋ ਫੋਮ ਦੀ ਕਰ ਰਹੇ ਆ ਜੀ ਲੈਦਰ ਤੱਕ ਆਪਾਂ ਆਟੋ ਫੋਮ ਦਾ ਕਰ ਰਹੇ ਆ ਇਵਨ ਸਟੀਅਰਿੰਗ ਕਵਰ ਇਨਕਲੂਡਿਡ ਹੈ ਜੀ ਚਲੋ ਹਰ ਇੱਕ ਚੀਜ਼ ਆਪਾਂ ਬ੍ਰਾਂਡਡ ਕਰ ਰਹੇ ਆ ਮੈਂ ਗੱਲ ਕਰਾਂਗਾ ਵੀਡੀਓ ਤੋਂ ਪਹਿਲਾਂ ਮੈਂ ਕੋਈ ਵੀ ਚੀਜ਼ ਅਨਬ੍ਰਾਂਡਡ ਨਹੀਂ ਕਰਦਾ ਮੇਰੀ ਸ਼ਾਪ ਦੇ ਵਿੱਚ ਸਾਰਾ ਹੀ ਤੁਹਾਨੂੰ ਬ੍ਰਾਂਡਡ ਸਮਾਨ ਮਿਲੇਗਾ ਮੈਂ ਅਨਬ੍ਰਾਂਡਡ ਕੰਮ ਨਹੀਂ ਕਰਦਾ ਜਿਹੜਾ ਆਪਾਂ ਇਹਦੇ ਚ ਸੀਟ ਕਵਰ ਪਾਣ ਲੱਗੇ ਆ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਐਕਸਟਰਾ ਮੈਮਰੀ ਫੋਮ ਕੁਸ਼ਨ ਦੇ ਨਾਲ ਆਟੋ ਫੋਮ ਦਾ ਸੀਟ ਕਵਰ ਹੈ ਠੀਕ ਹੈ ਤੇ ਨਾਲੇ ਤੁਸੀਂ ਦੇਖੋ ਜਿਹੜਾ 올ਡ ਫੋਰਚੂਨਰ ਫੋਰਚੂਨਰ ਚ ਟੌਪ ਮਾਡਲ ਨੂੰ ਆਂਦਾ ਆ ਸੀਟ ਕਵਰ ਦੀ ਡਿਜ਼ਾਈਨਿੰਗ ਚੈੱਕ ਕਰੋ ਹਲੇ ਦੇਖੋ ਆਪਾਂ ਸੀਟ ਕਵਰ ਫਿਟ ਵੀ ਨਹੀਂ ਕੀਤਾ ਪਹਿਲੇ ਇਹਦਾ ਕੁਸ਼ਨਿੰਗ ਚੈੱਕ ਕਰੋ ਪਹਿਲੇ ਹੀ ਇਹਦੀ ਕੁਸ਼ਨਿੰਗ ਤੋਂ ਪਤਾ ਲੱਗ ਜਾਂਦਾ ਜਿਹੜੀ ਸੀਟ ਕਵਰ ਦੀ ਫਿਟਿੰਗ ਹੈ ਆਪਾਂ ਇੱਥੇ ਸੈਂਪਲਸ ਲਾ ਕੇ ਰੱਖੇ ਹੋਏ ਥੋੜਾ ਖਲਾਰਾ ਪਿਆ ਹੋਇਆ ਇਸ ਬਹੁਤ ਟਾਈਮ ਤੋਂ ਨਾ ਅਭੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੂੰਗਾ ਆਟੋ ਫਾਰਮ ਆਟੋ ਕਰੂਜ਼ ਰਵੇਰਾ ਇਹ ਇੱਕੋ ਹੀ ਆਟੋ ਫਾਰਮ ਦਾ ਬ੍ਰਾਂਡ ਹੈ ਕੋਈ ਕਨਫਿਊਜ਼ਨ ਨਾ ਕ੍ਰੀਏਟ ਕਰੋ ਰਵੇਰਾ ਮਤਲਬ ਹੁੰਦਾ ਵੀ ਆਟੋ ਫਾਰਮ ਦਾ ਹੀ ਲੈਦਰ ਹੈ ਰਵੇਰਾ ਮਤਲਬ ਓਰੀਜਨਲ ਲੈਦਰ ਇੱਕ ਮਾਡਲ ਹੈ ਉਸ ਕਾ ਹਾਂ ਇਹ ਓਰੀਜਨਲ ਲੈਦਰ ਨੂੰ ਆਪਾਂ ਰਵੇਰਾ ਕਹਿੰਦੇ ਇਹ ਲੋਗੋ ਦੇਖ ਕੇ ਥੋੜਾ ਲੋਕ ਕਨਫਿਊਜ਼ ਹੋ ਜਾਂਦੇ ਆ ਹਨਾ ਕਿਉਂਕਿ ਮੈਂ ਸਿਰਫ ਆਟੋ ਫਾਰਮ 'ਚ ਡੀਲ ਕਰਦਾ ਮੈਂ ਹੋਰ ਕੋਈ ਬ੍ਰਾਂਡ 'ਚ ਡੀਲ ਨਹੀਂ ਕਰਦਾ ਆ ਦੇਖੋ ਜੀ ਲਾਈਟਾਂ ਵੀ ਬਹੁਤ ਸੋਹਣੀ ਲਗਾਈਆਂ ਹੁਣ ਇਹ 'ਚ ਆਪਾਂ DRL ਇਨਵੋਲਵ ਕੀਤੀ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹ 'ਚ ਆਪਾਂ ਆਟੋ ਫਾਰਮ ਦੀ ਐਲਈਡੀ ਪਾਈ ਹੈ 170 ਵਾਟ ਹਾਈ ਬੀਮ 'ਚ 170 ਵਾਟ ਲੋ
ਓਕੇ ਓਰੀਜਨਲੀ ਇਹ ਕੋਈ ਕਾਰਡੀ ਵਗੈਰਾ ਆਪਾਂ ਯੂਜ਼ ਨਹੀਂ ਕਰਦੇ ਇਹ ਓਰੀਜਨਲੀ ਆਪਾਂ ਮੱਕਲੀ ਮੰਗਾਉਂਦੇ ਆ ਇਹ ਤੋਂ ਹੀ ਫਿਟਿੰਗ ਚੈੱਕ ਕਰ ਸਕਦੇ ਨਾਲੇ ਕੋਈ ਵੀ ਚੀਜ਼ ਆਪਾਂ ਵਾਇਰ ਕੱਟ ਨਹੀਂ ਕਰਦੇ ਸਭ ਕਲੰਪ ਟੂ ਕਲੰਪ ਫਿਟਿੰਗ ਹੈ ਦੂਸਰੀ ਗੱਲ ਆ ਗਈ ਆਪਾਂ ਡੈਂਪਿੰਗ ਦੇਖੋ ਇਹਦੇ 'ਚ ਡੈਂਪਿੰਗ ਕਰਨ ਦੇ ਫਾਇਦੇ ਕੀ ਹੁੰਦੇ ਆ ਨੋਇਸ ਕੈਂਸਲੇਸ਼ਨ ਹੁੰਦੀ ਹੈ ਸਪੀਕਰਸ ਦੀ ਕੁਆਲਿਟੀਜ਼ ਵਧੀ ਹੈ ਕੱਲ੍ਹ ਨੂੰ ਕੋਈ ਵੀ ਚੀਜ਼ ਖੱਡੇ ਵਗੈਰਾ ਦੇ ਆਪਣੇ ਇੰਡੀਆ ਦੀ ਸੜਕਾਂ ਬਹੁਤ ਵਧੀਆ ਹੈ ਕੋਈ ਵੀ ਚੀਜ਼ ਆ ਖੱਡੇ ਵਗੈਰਾ ਤੇ ਵੀ ਆਉਂਦੀ ਇੱਕ ਅੱਧਾ ਖੱਡਾ ਆ ਵੀ ਜਾਂਦਾ ਤੇ ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਵਾਈਬ੍ਰੇਟ ਵੀ ਨਹੀਂ ਹੁੰਦੀ ਨਾ ਗੱਡੀ ਕਾਫੀ ਐਗਜ਼ੈਕਟਲੀ ਉਹਨੇ ਸਾਰੀ ਨਾਲੇ ਅੰਦਰੋਂ ਵੀ ਤੇ ਬਾਹਰੋਂ ਵੀ ਦੋਨੋਂ ਪਾਸੋਂ ਕਰਦੇ ਰਹੇ ਠੀਕ ਹੈ ਨਾਲੇ ਹੁਣ ਤੁਸੀਂ ਦੇਖੋ ਸਪੀਕਰ ਦੇ ਜਿਹੜੇ ਸਾਕਟਸ ਆ ਆਪਾਂ ਕੋਈ ਵਾਇਰ ਕੱਟ ਨਹੀਂ ਕਰਦੇ ਪ੍ਰੋਪਰ ਸਾਕਟ ਟੂ ਸਾਕਟ ਕੰਮ ਕਰਦੇ ਓਕੇ ਠੀਕ ਹੈ ਜੀ ਹੁਣ ਸੀਟ ਕਵਰ ਮੁੰਡਾ ਪਾਉਣ ਲੱਗੇ ਆਊਟ ਆਫ ਫਾਰਮ ਦੇ ਠੀਕ ਹੈ ਇਹ ਰੂਫ ਵੀ ਬਦਲੇਗੀ ਉੱਪਰ ਰੂਫ ਵੀ ਆਪਾਂ ਪ੍ਰੋਪਰ ਬਦਲੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਰੂਫ ਆਪਾਂ ਕੱਢ ਲਈ ਹੋਈ ਹੈ ਬਾਕੀ ਸਾਰਾ ਕੰਮ ਚੱਲਦਾ ਪਿਆ ਠੀਕ ਹੈ ਰੂਫ 'ਚ ਤੁਹਾਨੂੰ ਇਹ ਆਫਟਰ ਵੀਡੀਓ ਦਿਖਾਵਾਂਗਾ ਵੀ ਕੀ ਕਰਨਾ ਤੇ ਜੀ ਸ਼ਾਮ ਕੇ ਵੱਜ ਗਿਆ ਜੀ 8:30 ਰਾਤ ਹੋ ਗਈ ਆ ਗਾੜੀ ਹੋ ਗਈ ਪੂਰੀ ਤਿਆਰ ਹੋ ਗਈ ਤਿਆਰ ਜੀ ਇਹ ਵੀ ਲਿਮਿਟਡ ਐਡੀਸ਼ਨ ਹੈ ਸਾਡੀ ਕਾਰ ਵਿਡੇ ਜਲੰਧਰ ਦਾ ਸਭ ਤੋਂ ਸੋਹਣੀ ਤਿਆਰ ਹੋਈ ਹੈ ਜੀ ਆਰਟਿਕਾ ਇਸ ਟਾਈਮ ਮੈਂ ਆਰਟਿਕਾ ਇਹਨੀ ਸੋਹਣੀ ਨਹੀਂ ਤਿਆਰ ਕੀਤੀ ਮੈਂ ਆਪਣੀ ਵਰਡ ਕਹਿ ਰਿਹਾ ਹੁਣ ਤੁਸੀਂ ਦੇਖੋ ਇਹਦੇ 'ਚ ਪ੍ਰੋਜੈਕਟਰ ਪਾਇਆ ਟ੍ਰੀ ਕਲਰ ਦੇ ਓਕੇ ਦੇਖੋ ਤੁਸੀਂ ਫਿਟਿੰਗ ਚੈੱਕ ਕਰ ਸਕਦੇ ਹੋ ਇਹਦੇ 'ਚ 3 ਕਲਰ ਆ ਮਿਲਕੀ ਵਾਈਟ ਯੈਲੋ ਐਂਡ ਸੁਪਰ ਵਾਈਟ ਔਰ ਹਮ ਚੇਂਜ ਕਰ ਸਕਦੇ ਆਪਣੇ ਹਿਸਾਬ ਨਾਲ ਤੁਸੀਂ ਫੌਗ ਦੇ ਵਿੱਚ ਵੀ ਚੇਂਜ ਕਰ ਸਕਦੇ ਹੋ ਸੁਪਰ ਵੇਡ ਵੀ ਚਲਾ ਸਕਦੇ ਹੋ ਉਹਦੇ ਨਾਲ ਮੈਚਿੰਗ ਵੀ ਓਕੇ ਹੁਣ ਤੁਸੀਂ ਦੇਖ ਸਕਦੇ ਹੋ ਪ੍ਰੋਜੈਕਟਰ ਦੇ ਵਿੱਚ ਜਿੱਦਾਂ ਮੈਂ ਸ਼ੁਰੂ ਦਿਖਾਈ ਆਊਟ ਆਫ ਹੋਮ ਦੀ ਐਲਈਡੀ ਪਾਈ ਹੈ ਮੈਂ ਤੁਹਾਨੂੰ ਲਾਈਟ ਚਲਾ ਕੇ ਦਿਖਾਣਾ ਤੁਹਾਨੂੰ ਸਾਹਮਣੇ ਵਾਲਾ ਵਿਊ ਪਤਾ ਲੱਗ ਜਾਏਗਾ ਵੀ ਕਿੰਨੀ ਰੋਸ਼ਨੀ ਹੈ ਬਿਲਕੁਲ ਜੀ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ ਹੁਣ ਤੁਸੀਂ ਦੇਖੋ ਜਿਹੜੇ ਆਪਾਂ ਫੌਗ ਲਾਈਟ ਜਿੱਦਾਂ ਮੈਂ ਤੁਹਾਨੂੰ ਕਹਿੰਦਾ ਪਿਆ ਸੀ ਇਹ ਕਲਰ ਚੇਂਜ ਕਰਦੇ ਆ ਦੇਖੋ ਜੀ ਬਹੁਤ ਲੋਕ ਨਾ ਜੇ ਪਹਾੜੋਂ ਮੇ ਜਾਂਦੇ ਆ ਜਦ ਤੋ ਸਪੈਸ਼ਲੀ ਉੱਪਰ ਇੱਕ ਪਤਾ ਉਹ ਸ਼ੀਟ ਲਗਵਾਤੇ ਆ ਤੋ ਆਪਕੋ ਲਗਵਾਣੇ ਕੀ ਜ਼ਰੂਰਤ ਨਹੀਂ ਹੈ ਹਾਂ ਹੁਣ ਆਪਾਂ ਚੱਲਦੇ ਆ ਅੰਦਰਲੀ ਸਾਈਡ ਅੰਦਰਲੀ ਸਾਈਡ ਆਪਾਂ ਕੀ ਕੁਝ ਚੇਂਜਸ ਕੀਤੇ ਅੰਦਰ ਓਵਰਆਲ ਸਾਰਾ ਹੀ ਮੋਡੀਫਾਈ ਹੈ ਨਾ ਹੁਣ ਤੁਸੀਂ ਦੇਖ ਸਕਦੇ ਹੋ ਇਹ ਚ ਆਪਾਂ ਪਹਿਲੀ ਗੱਲ ਤਾਂ ਐਂਬੀਐਂਟ ਲਾਈਟ ਲਾਈਏ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਫਿਨਿਸ਼ਿੰਗ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਇਹ ਦੇਖੋ ਜੀ ਪਤਾ ਹੀ ਲੱਗ ਰਿਹਾ ਸੀ ਆਫਟਰ ਮਾਰਕੀਟ ਲੱਗੀ ਹੋਈ ਹੈ ਤੇ ਜੀ ਹੁਣ ਤੁਸੀਂ ਦੇਖੋ ਐਂਬੀਐਂਟ ਲਾਈਟ ਹੈ K5 ਮਾਡਲ ਹੈ ਹੁਣ ਤੁਸੀਂ ਇਹਦੀ ਫਿਟਿੰਗ ਚੈੱਕ ਕਰ ਸਕਦੇ ਹੋ K5 ਦੀ ਵੀ ਕਿੱਦਾਂ ਦੀ ਲੱਗਦੀ ਹੈ ਇਹ ਮੂਵਿੰਗ ਹੈ ਸਾਰੀ ਸਾਰੀ ਮੂਵਿੰਗ ਹੈ ਇਹ ਚ ਘੱਟੋ ਘੱਟ 120 ਫੰਕਸ਼ਨਸ ਹੁੰਦੇ ਆ ਕੀ ਬਾਤ ਹੈ ਤੁਸੀਂ ਪਿੱਛੋਂ ਵੀ ਦੇਖ ਸਕਦੇ ਹੋ ਪੈਰਾਂ ਦੇ ਵਿੱਚ ਉਦਾਂ ਵੀ ਸਾਰੇ ਪਾਸੇ ਅਸੀਂ ਐਂਬੀਐਂਟ ਲਾਈਟਾਂ ਫਿਟ ਕੀਤੀਆਂ ਹੋਈਆਂ ਇਹ ਦੇਖੋ ਜੀ ਫੁੱਟ ਲਾਈਟ ਨੂੰ ਵੀ ਆ ਜਾਂਦੀ ਹੈ ਇਹ ਪ੍ਰੋਪਰਲੀ ਔਰ ਉਧਰ ਦੇਖੋ ਜੀ ਪ੍ਰੋਪਰ ਕਲਰ ਚੇਂਜਿੰਗ ਹੈ ਇਹ ਕਿੰਨੇ ਕਲਰਸ ਮਿਲ ਜਾਂਦੇ ਆ ਇਹਦੇ ਚ 102 102 ਕਲਰ ਇਹਦੇ ਚ ਬੰਦਾ ਆਪਣੇ ਮਨਪਸੰਦ ਦਾ ਕਲਰ ਚੇਂਜ ਕਰ ਸਕਦਾ ਚਲੋ ਠੀਕ ਹੈ ਹੁਣ ਇਹਦੇ ਚ ਆਪਾਂ ਟੈਨ ਦਾ ਕੰਬੀਨੇਸ਼ਨ ਕੀਤਾ ਬਲੈਕ ਦਾ ਕੰਬੀਨੇਸ਼ਨ ਕੀਤਾ ਹੁਣ ਤੁਸੀਂ ਦੇਖੋ ਸਾਈਡ ਦੇ ਵਿੱਚ ਇਹਦੀ ਫਿਟਿੰਗ ਤੇ ਇਹਦੀ ਫਿਨਿਸ਼ਿੰਗ ਚੈੱਕ ਕਰੋ ਹੁਣ ਤੁਸੀਂ ਦੇਖੋ ਜੀ ਬਲੈਕ ਤੇ ਟੈਨ ਦਾ ਸਟੀਅਰਿੰਗ ਕਵਰ ਟੈਨ ਸਟਿਚਿੰਗ ਦੇ ਨਾਲ ਹੁਣ ਤੁਸੀਂ ਪਿਲਰ ਲਾਈਟ ਚੈੱਕ ਕਰੋ ਆ ਪਿਲਰ ਹੈ ਜੀ ਕੀ ਬਾਤ ਪਿਲਰ ਹੀ ਆਪਾਂ ਟੈਨ ਦਾ ਕੀਤਾ ਇਹ ਸਪੀਕਰ ਕੀ ਵੀ ਫਿਲਟਰ ਵੀ ਮੈਚ ਕਰ ਰਹੇ ਹਨ ਹਾਂ ਬਿਲਕੁਲ ਠੀਕ ਹੈ ਜੀ ਸੋਨੀ ਕੇ ਵੀ ਲਗਾਏ ਨੇ ਸੋਨੀ ਇਹ ਸੀਰੀਜ਼ ਹੈ ਹੁਣ ਤੁਸੀਂ ਦੇਖੋ ਜਿਹੜੀ ਇਹਦੀ ਛੱਤ ਆਪਾਂ ਕੀਤੀ ਜਿਹਨੂੰ ਆਪਾਂ ਰੂਫ ਕਹਿੰਦੇ ਹਾਂ ਪ੍ਰੋਪਰ ਰੂਫ BMW ਦਾ ਲੈਦਰ ਲਾ ਠੀਕ ਹੈ ਇਹਨੂੰ BMW ਲੈਦਰ ਕਹਿੰਦੇ ਪਹਿਲੇ ਇਹ ਚੀਜ਼ ਜਿਹੜੀ ਹੁੰਦੀ ਸੀ ਉਹ ਵਾਈਟ ਕ੍ਰੀਮ ਹੁੰਦੀ ਸੀ ਆਪਾਂ ਬਲੈਕ ਪੇਂਟ ਕੀਤੀ ਹੈ ਠੀਕ ਹੈ ਜਿਹੜੇ ਹੈਂਡਲਸ ਹੈ ਉਹ ਵੀ ਅਸੀਂ ਬਲੈਕ ਪੇਂਟ ਕੀਤੇ ਆ ਤੁਸੀਂ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਬਲੈਕ ਐਂਡ ਟੈਨ ਦਾ ਕੰਬੀਨੇਸ਼ਨ ਸਭ ਤੋਂ ਸੋਹਣਾ ਕੰਬੀਨੇਸ਼ਨ ਕੰਬੀਨੇਸ਼ਨ ਆ ਇੱਕ ਡਿਫਰੈਂਟ ਉਹਦਾ ਟੈਕਸਚਰ ਹੀ ਮਿਲ ਗਿਆ ਰੂਫ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਪਸੰਦ ਆ ਦੇਖੋ ਦੇਖੋ ਜੀ ਤੁਸੀਂ ਇਸ ਲਈ ਕਹਿੰਦੇ ਮੋਡੀਫਿਕੇਸ਼ਨ ਕੋਈ ਅੰਤ ਨਹੀਂ ਹੈ ਇਹ ਟੌਪ ਐਂਡ ਹੈ ਉਸ ਪਰ ਵੀ ਕਿੰਨਾ ਕੁਝ ਕਰਾ ਦਿਆ ਹੁਣ ਤੁਸੀਂ ਦੇਖ ਸਕਦੇ ਜਿਹੜੇ ਸੀਟ ਕਵਰ ਹੈ ਐਕਸਟਰਾ ਮੈਮਰੀ ਫੋਮ ਕੁਸ਼ਨ ਹੈ ਇਹ ਸਭ ਤੋਂ ਪ੍ਰੀਮੀਅਮ ਸੀਟ ਕਵਰ ਆਂਦਾ ਹੈਗਾ ਆਊਟ ਆਫ ਫਾਰਮ ਦਾ ਜਿਹੜਾ ਆਪਾਂ ਟੈਨ ਦੇ ਨਾਲ ਕੰਬੀਨੇਸ਼ਨ ਕੀਤਾ ਤੁਸੀਂ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਆਂਦੀ ਹੈ ਸਹੀ ਬਤਾ ਫਿਨਿਸ਼ਿੰਗ ਦੇਖੋ ਔਰ ਬਕਟ ਫਿਟਿੰਗ ਆ ਪ੍ਰੋਪਰਲੀ ਆ ਬੈਠੋਗੇ ਤਾਂ ਜ਼ਿਆਦਾ ਫੀਲ ਆਏਗੀ ਤੇ ਮੈਟ ਵੀ ਆਪਾਂ ਉਹਦੇ ਨਾਲ ਦੀ ਪਾਏ ਬਲੈਕ ਐਂਡ ਟੈਨ ਦਾ ਕੰਬੀਨੇਸ਼ਨ ਸੇਮ ਟੈਕਸਚਰ ਹੈ ਜੀ ਹਰ ਇੱਕ ਤਰ੍ਹਾਂ ਦੇ ਮੈਟ ਆਪਕੋ ਜਿਸ ਤਰ੍ਹਾਂ ਮਿਲ ਜਾਣਗੇ ਪਿੱਛੇ ਕੀ ਦੇਖ ਲਓ ਲੋਕ ਕਿਸ ਤਰ੍ਹਾਂ ਕੀ ਪਿੱਛੇ ਤੋਂ ਲਾਈਟ ਥੋੜੀ ਜ਼ਿਆਦਾ ਹੈ ਆ ਦੇਖੋ ਇਸ ਤਰ੍ਹਾਂ ਦੀ ਪਿੱਛੇ ਆ ਜਾਂਦੀ ਪ੍ਰੋਪਰ ਜੀ ਹਾਂ ਇਹਦੇ ਇਹ ਹੁੰਦਾ 올ਡ ਫੋਰਚੂਨਰ ਤੇ ਲੇਟੈਸਟ ਫੋਰਚੂਨਰ ਦਾ ਡਿਜ਼ਾਈਨ ਬਿਲਕੁਲ ਜੀ ਠੀਕ ਹੈ ਹੁਣ ਕਿੰਨਾ ਟਾਈਮ ਲੱਗਿਆ ਕਰਤੇ ਕਰਤੇ ਪੂਰੀ ਦਿਹਾੜੀ ਲੱਗੀ ਸਵੇਰ ਦੇ 9 ਵਜੇ ਤੇ ਲੱਗਿਆ ਜੀ ਤਿਆਰ ਕਰਨ ਰਾਤ ਦੇ 9 ਵਜੇ ਲੱਗੇ ਹਲੇ ਵੀ ਕਈ ਚੀਜ਼ਾਂ ਇੰਨੀਆਂ ਪੈਂਡਿੰਗ ਪਈਆਂ ਹੋਈਆਂ ਅਬ ਇਹ ਖਰਚਾ ਵੀ ਪੁੱਛਦੇ ਆ ਉਸਕਾ ਵੀ ਥੋੜਾ ਆਈਡੀਆ ਦਿਓ ਖਰਚਾ ਖਰਚਾ ਤੇ ਮੈਨੂੰ ਫੋਨ ਤੇ ਪੁੱਛਿਓ ਤਾਂ ਖਰਚਾ ਹੀ ਓਪਨਲੀ ਨਹੀਂ ਦੱਸਦੇ ਠੀਕ ਹੈ ਕਸਟਮਰ ਡਰ ਜਾਏਗਾ ਹੁਣ ਤੁਸੀਂ ਦੇਖੋ ਆ ਜਿਹੜੀ ਡੈਂਪਿੰਗ ਕੀਤੀ ਹੋਈ ਹੈ ਤੁਹਾਨੂੰ ਇਹਦੀ ਵਾਸਤੇ ਪਤਾ ਲੱਗ ਜਾਏਗਾ ਬਿਲਕੁਲ ਬਹੁਤ ਫਰਕ ਆ ਜਾਂਦਾ ਡੈਂਪਿੰਗ ਦੇ ਨਾਲ ਬਹੁਤ ਜ਼ਿਆਦਾ ਕਸਟਮਰ ਦੀ ਆਪਣੀ ਰეკਮੈਂਡੇਸ਼ਨ ਸੀ ਕਿ ਭਾਜੀ ਹੋਣੀ ਪਹਿਲੇ ਡੈਂਪਿੰਗ ਕਰੋ ਫਿਰ ਉਸ ਤੋਂ ਬਾਅਦ ਇਹ ਸਿਸਟਮ ਦੀ ਗੱਲ ਕਰਾਂਗੇ ਹਾਂ ਦਿਖਾਇਆ ਵੀ ਪੂਰਾ ਹਮਨੇ ਸ਼ੁਰੂ ਸੇ ਲੇਕਰ ਐਂਡ ਤੱਕ ਬਰਾ ਕੇ ਐਂਡ ਤੱਕ ਤੁਸੀਂ ਦੇਖਿਆ ਵੀ ਨਾ ਆਪਾਂ ਡੈਂਪਿੰਗ ਕਿੱਦਾਂ ਦੀ ਕਰਦੇ ਆ ਇਹ ਸਪੈਸ਼ਲੀ ਭਾਜੀ ਹੋਣੀ ਆਏ ਖੜੇ ਨੇ ਭਾਜੀ ਆ ਜਾਓ ਤੁਸੀਂ ਤੇ ਭਾਜੀ ਹੋਣੀ ਸਾਡੇ ਕੋਲ ਕੰਮ ਕਰਾਉਣ ਆਏ ਨੇ ਭਾਈ ਪਹਿਲੇ ਦਿੱਲੀ ਚੱਲੇ ਸੀ ਕੰਮ ਕਰਾਉਣ ਤੇ ਹੁਣ ਭਾਈ ਸਪੈਸ਼ਲੀ ਮੇਰੇ ਕੋਲ ਕੰਮ ਕਰਾਣੇ ਭਾਈ ਕਿੱਦਾਂ ਦਾ ਲੱਗਾ ਤੁਹਾਨੂੰ ਕੰਮ ਕਰਾ ਕੇ ਬਹੁਤ ਵਧੀਆ ਭਾਈ ਸੈਟੀਸਫਾਈਡ ਹੋ ਪਰਫੈਕਟ ਭਾਈ ਉਹ ਵੀ ਭਾਜੀ ਸਾਡੇ ਕੋਲ ਆਏ ਨੇ
एक्चुअली प्रॉपर आफ्टर ब्रेक पैसिंग के बाद प्रॉपर एलईडी चलती है। इसकी भी गारंटी है, यदी इंपोर्टेड चीज़ें होंगी यदि गारंटी तो नहीं आती, बट ता भी ऐसी चीज़ें ओरिजिनल लाके आप 6 महीने की कस्टमर को दे देने क्योंकि इसमें दिक्कत ही नहीं आती। चलो हूँ इस होगी थोड़ी सारी लिमिटेड एडिशन तैयार कार ब्यूटी वालों। मैं वीडियो एंड करने तो पहले एक चीज़ कहना चाहूँगा, मैं सारी चीज़ें ब्रांडेड करता है, मैं अनब्रांडेड काम कोई भी नहीं करता, हर एक चीज़ ओरिजिनल होगी मेरी, कोई भी चीज़ थोड़ा देसी वगैरह नहीं लगेगी। चीज़ कोई कस्टमर मंगता है भी असं लोकल अरेंज करते हैं, बट मैं अपनी शॉप से कभी भी कोई भी अनब्रांडेड चीज़ नहीं रखता, ठीक है जी। कई कस्टमर का बजट होंगे उसने कह दीता यार तू हूँ पैसे खरीदा मैं थोड़े वादू ला ला, कई कस्टमर नहीं मनते फिर वो भुगत जाते थोड़ी देर तक। चीज़ ब्रांडेड लो, इनिया महंगिया गड्डिया लेने आप चीज़ सब तो वजिए लो, भावें रुक रुक के चीज़ा लवा लो पर चीज़ ब्रांडेड लो। तो मेरी शॉप BMC चौंक जलंधर सिटी जितों जजिस की मेन एंट्री होंगी बिल्कुल सामने कारबिटी नाम तो, मेरी स्नैपचैट ID इंस्टाग्राम ID फेसबुक की ID सब कुछ थले मैनशन है। मेरा सारा काम जो लाइव देखना होंगे तो मेरी स्नैपचैट से जरूर लॉगिन कर लिया करो। बाकी रही बाकी गल, थैंक यू सो मच तुम सू इना सपोर्ट दे रहे हो, थैंक यू सो मच टू पीयूष जो साड़ी इन सोनिया वीडियोज़ बना के साथ इन्ना चैनल फेमस कर रहा है, रियली थैंक यू सो मच एंड थैंक यू सो मच फॉर द ब्लैसिंग, लव यू जी सारे। इदा ही लाइक करते रहो वीडियोज़ तो इदा ही प्यार देते रहो, थैंक यू सो मच।